ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਚੱਲਿਆ ਜੀ ਭੈਣ ਕੋਲ ਨੂੰ, ਖੰਨੇ ਦੇ ਕੋਲ ਹੈ, ਅਤੇ ਬਸ ਚੱਲ ਪਿਆ ਜੀ ਵਿਆਹਾਂ ਦਾ ਕੰਮ। ਜਿਹੜੀ ਮਾੜੀ ਮੋਟੀ ਵਿਚੋਲਗਿਰੀ ਕਰੀ ਆ ਉਹਦੇ ਵਾਸਤੇ ਉਹਨਾਂ ਦਾ ਵਿਆਹ ਦਾ ਕੁਛ ਸਲਾਹ ਬਲਾਹ ਕਰਨ ਚੱਲੇ ਹਾਂ। ਦੋਨੋਂ ਪਾਸੇ ਦੇ ਫੋਨ ਆਈ ਜਾਂਦੇ ਤੇ ਵੀ ਆ ਜਾਓ, ਕਿਵੇਂ ਕਰਨਾ, ਕਿਆ ਕੁਛ ਦੱਸੋ, ਸਲਾਹ ਬਲਾਹ ਕਰੀਏ ਕੁਛ। ਇਸੇ ਬਾਰੇ ਉੱਥੇ ਚੱਲੇ ਹਾਂ ਕੁਛ ਗੱਲਬਾਤ ਕਰਨ ਵਿਆਹ ਦੀ। 2-3 ਮਹੀਨੇ ਰਹਿ ਗਏ ਵਿਆਹ ਨੂੰ, ਕਰੀਏ ਫਿਰ ਜਾ ਕੇ ਸਲਾਹ। ਉੱਥੇ ਦਿਖਾਉਂਦੇ ਚੱਲਦੇ ਪਹਿਲਾਂ ਭੈਣ ਕੋਲ ਨੂੰ ਚੱਲੀਏ ਜੀ। ਫਿਰ ਆ ਗੱਡੀ ਖੜ੍ਹੀ ਆ। ਇੱਕ ਨਾ ਮੈਂ ਕੱਲ੍ਹ ਆਪਣੇ ਦੂਜੇ ਮਹਿੰਦਰਾ ਟਰੈਕਟਰ ਵਾਸਤੇ ਟਾਇਰ ਲੈ ਕੇ ਆਏ ਹਾਂ, ਫੋਨ ਇਹ ਕਰਿਆ ਬੰਦੇ ਕੋਲ ਭੇਜ ਤੇ, ਸਮਰਾਲੇ ਤੋਂ ਮੰਗਵਾਏ ਆ ਹੇਮ ਟਾਇਰ ਵਾਲੇ, ਬਹੁਤ ਵਧੀਆ ਬੰਦਾ ਮੇਰੇ ਨਾਲ, ਅਸੀਂ ਪਹਿਲਾਂ ਵੀ ਉੱਥੇ ਪਾਉਂਦੇ, ਫੋਨ ਕਰਿਆ ਸੀ ਉਹਨੇ ਟਾਇਰ ਭੇਜ ਤੇ ਬਾਈ ਨੇ, ਹੇਮ ਟਾਇਰ ਸਮਰਾਲੇ ਹੈ ਉਹਨਾਂ ਦੇ, ਲੈ ਕੇ ਆਏ ਹਾਂ ਗੁਡੀਅਰ ਦੇ ਟਾਇਰ ਮਹਿੰਦਰੇ ਵਾਸਤੇ। ਗੁਡੀਅਰ 13-13-6-28 ਦੇ ਆ, ਲਿਆਂਦਾ ਹੀ ਟਾਇਰ ਦੇਖੋ, ਹੁਣ ਇਹਨੂੰ ਪਵਾਉਂਗੇ ਮਹਿੰਦਰੇ ਟਰੈਕਟਰ 'ਚ। ਬਾਈ ਨੂੰ ਫੋਨ ਕਰਤਾ ਸੀ, ਬਾਈ ਨੇ ਟਾਇਰ ਭੇਜ ਤੇ, ਬਹੁਤ ਵਧੀਆ ਬੰਦਾ ਬਾਈ, ਜੇ ਕਿਸੇ ਨੇ ਪਾਉਣਾ ਹੋਵੇ ਰੇਟ ਵੀ ਸਹੀ ਆ। ਅਸੀਂ ਹੋਰ ਨਹੀਂ ਆਉਣ ਵਾਲੇ, ਪਤਾ ਕਰਕੇ ਸਭ, ਅਸੀਂ ਪਹਿਲਾਂ ਵੀ ਤਾਂ ਹੀ ਉੱਥੇ ਪਵਾਉਂਦੇ ਹੁੰਦੇ ਆ। ਵਧੀਆ ਬੰਦਾ ਹੈ, ਨਾਲੇ ਗਰੰਟੀ ਵੀ ਪੂਰੀ ਦਿੰਦਾ, ਕੋਈ ਇੱਦਾਂ ਨਹੀਂ ਵੀ ਕੋਈ ਗੱਲਬਾਤ ਹੋ ਜਾਵੇ ਬਦਲ ਦਿੰਦੇ ਆ। ਜੇ ਕਿਸੇ ਨੇ ਪਵਾਉਣੇ ਹੋਣ ਤਾਂ ਦੇਖ ਲਓ ਸਮਰਾਲੇ ਜਾ ਕੇ, ਹੇਮ ਟਾਇਰ ਦੁਕਾਨ ਹੈ। ਗੱਡੀ ਚੇਂਜ ਕਰੀ, ਅੱਗੇ ਜਾਣਾ ਹੈ ਕੋਠਲੇ। ਆਹ ਲੈ ਕੇ ਚੱਲੀਏ ਹੁਣ। Thank you.
ਆ ਦੇਖੋ ਲਸਣ ਹੁੰਦਾ ਹੈ ਇਹ ਆਪਾਂ ਕਾਗੀ ਮਲਾ ਉਹ ਦੇਖੋ ਕਿੰਨਾ ਵਧੀਆ ਉਗਾਇਆ ਵਾ ਭਾਜੀ ਦੀ ਕਟਿੰਗ ਕਿਵੇਂ ਕਰਦੇ ਫਿਰ ਮਸ਼ੀਨ ਪਈ ਆਪਣੇ ਕੋਲ ਅੱਛਾ ਉਹ ਕਟਿੰਗ ਵਾਲੀ ਉਹ ਕਟਿੰਗ ਵਾਲੀ ਮਸ਼ੀਨ ਇੱਧਰ ਆ ਗਿਆ ਜਾਪ ਪੜ ਕੇ ਸਕੂਲ ਜਾ ਕੇ ਹਾਂ ਉਧਰ ਵੀ ਗੁੜੀਆ ਵੀ ਆ ਗਈ ਆਪਣੇ ਕੋਲ ਮਸ਼ੀਨ ਵਾਲੀ ਕਟਿੰਗ ਕਰਨ ਵਾਲੀ ਤਾਂ ਕੈਂਚੀ ਹੈਗੀ ਆ ਕੱਤਾਂ ਨੂੰ ਉਹ ਮਸ਼ੀਨ ਆ ਤਾਂ ਠੀਕ ਹੈ ਵਧੀਆ ਲੱਗਦਾ ਇੱਕ ਤਾਂ ਹਾਂ ਹਾਲੇ ਆ ਠੰਡ ਜੀ ਨਾਲ ਹੋ ਗਿਆ ਆ ਜੀ ਦੀ ਗੱਡੀ ਖੜਾਤੀ ਤੇ ਹੁਣ ਆਪਣੀ ਗੱਡੀ 'ਚ ਚੱਲੇ ਘਰ ਨੂੰ ਹੁਣ ਅੱਜ ਨਾਲੇ ਥੋੜ੍ਹੀ ਜਿਹੀ ਤਬੀਅਤ ਠੀਕ ਨਹੀਂ ਸੀ ਛਾਤੀ ਜੀ ਜਾਮ ਹੋਈ ਹੈ ਜ਼ੁਕਾਮ ਹੋਇਆ ਹੋਇਆ ਹੈ ਥੋੜ੍ਹਾ ਥੋੜ੍ਹਾ ਗਲਾ ਵੀ ਦੁਖਦਾ ਹੈ ਇੱਕ ਨੀਂਦ ਵੀ ਪੂਰੀ ਨਹੀਂ ਹੋਈ ਹੋਈ ਸੀ ਕਿ ਪਰਸੋਂ ਕਰਨਾ ਰਾਤ ਨੂੰ 12 ਵਜੇ ਤੱਕ ਭਈਆਂ ਲੱਦੀ ਗਏ 12:30 ਵਜੇ ਉਹ ਤੋਂ ਬਾਅਦ ਜਦੋਂ ਗੰਨਾ ਲੈ ਕੇ ਅਗਲੇ ਦਿਨ ਗਿਆ ਉਦਣ ਰਾਤ ਨੂੰ ਮੇਲੇ 'ਚ ਨੱਗ ਗਈ 2:30 ਵਜੇ ਵਿਹਲੇ ਹੋਏ ਹਾਂ 10:30-11 ਵਜੇ ਸਾਡੀ ਟਰਾਲੀ ਜੁਗ ਗਈ ਸੀ ਗੰਢੇ 'ਤੇ ਅਤੇ ਉਹਦੇ ਬਾਅਦ ਹੌਲੀ 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 ਕਰਦੇ ਕਰਦੇ 2:30 ਵਜੇ ਵਿਹਲੇ ਹੋਏ ਹਾਂ 2 ਵਜੇ ਵਜ਼ਨ 190 ਕੁਇੰਟਲ ਹੋਇਆ ਕਲਿੱਪ ਤੁਹਾਨੂੰ ਦਿਖਾ ਵੀ ਦਊਂਗਾ ਉਹਦਾ ਮੁੜ ਕੇ ਫਿਰ ਉਹੀ 3:30-3:30 ਵਜੇ ਘਰ ਪਹੁੰਚ ਗਏ ਸਵੇਰੇ ਫਿਰ ਉਹੀ ਅੱਖ ਖੁੱਲ੍ਹ ਜਾਂਦੀ ਹੈ ਆਪਣੀ ਰੂਟੀਨ 'ਤੇ ਥਕਾਵਟ ਜੀ ਹੋਣੇ ਕਰਕੇ ਸਰੀਰ ਬਸ ਠੰਡ ਜ਼ੁਕਾਮ ਜਿਹਾ ਹੋ ਗਿਆ ਛਾਤੀ ਜਾਮ ਹੋ ਗਈ ਹਵਾ ਜੀ ਲੱਗ ਗਈ ਥੋੜ੍ਹੀ ਜਿਹੀ ਤਾਂ ਹੀ ਅੱਜ ਵੀਡੀਓ ਵੀ ਥੋੜ੍ਹੀ ਜਿਹੀ ਉੱਕਣਾ ਪਹਿਲਾਂ ਸਵੇਰੇ ਤਾਂ ਬਿਲਕੁਲ ਹੀ ਬੋਲਣ ਨੂੰ ਉਨੀ ਗੱਲ ਨਹੀਂ ਕਰਨ ਨੂੰ ਜੀ ਕਰਦਾ ਸੀ ਅਤੇ ਹੁਣ ਥੋੜ੍ਹਾ ਜਿਹਾ ਫਰਕ ਹੈ ਉੱਥੇ ਵੀ ਗਏ ਗੱਲ ਵੀ ਨਹੀਂ ਬਣੀ ਹੈਗੀ ਕਿਉਂ ਜਿਹੜੀ ਆਹ ਮੈਂ ਰਿਸ਼ਤਾ ਕਰਾਇਆ ਹੋਇਆ ਜੀ ਇਹ ਲੜਕੀ ਬਾਹਰ ਗਈ ਹੋਈ ਹੈ ਕੈਨੇਡਾ ਅਤੇ ਹੁਣ ਉਹਨਾਂ ਨੇ ਅਪ੍ਰੈਲ 'ਚ ਆਉਣਾ ਸੀ ਉਹਦਾ ਸਮੈਸਟਰ ਪੜ੍ਹਾਈ ਦੇ ਬੇਸ ਪਰ ਖਤਮ ਹੋਣਾ ਸੀ ਇਸ ਕਰਕੇ ਗੱਲ ਕਰਨ ਗਏ ਸੀ ਪਰ ਟਰੂਡੋ ਨੇ ਹੁਣੇ ਜਾਂ ਉੱਥੇ ਆਏ ਉਹਨਾਂ ਤੋਂ ਪਹਿਲਾਂ ਥੋੜ੍ਹੀ ਦੇਰ ਫੋਨ ਆਇਆ ਵੀ ਮਨਾ ਕਰਤਾ ਵੀ ਫਲੈਟਾਂ ਵੀ ਆਪਣੇ ਰਿਸਕ 'ਤੇ ਜਾਓ ਵੀ ਜੇ ਤਾਂ ਤੁਸੀਂ ਜਾਣਾ ਨਹੀਂ ਤਾਂ ਆਪਣੇ ਜਿਹੜੇ ਹੋਰ ਸਮੈਸਟਰ ਰਹਿ ਗਿਆ ਆਹ ਕਰਕੇ ਜਾਇਓ ਅਤੇ ਹੁਣ ਉਹ ਪੜ੍ਹਾਈ ਬੇਸ 'ਤੇ ਗਈ ਹੋਈ ਇਸ ਕਰਕੇ ਮੁਸ਼ਕਿਲ ਹੈ ਉਹਦਾ ਆਉਣਾ ਸ਼ਾਇਦ ਹੁਣ ਅਗਲੇ ਸਾਲ ਪਰ ਗੱਲ ਚਲੇ ਜਾਵੇ ਜਾਂ ਉਹਦੀ ਪੜ੍ਹਾਈ ਖਤਮ ਹੋ ਜਾਵੇ ਚਲੋ ਗੱਲਾਂ ਬਾਤਾਂ ਹੋਰ ਕਰ ਲਈਆਂ ਜਿਹੜੀਆਂ ਹੁੰਦੀਆਂ ਵੀ ਕਾਰੋਬਾਰ ਦੀਆਂ ਵਧੀਆ ਮਿਲਿਆ ਇਹ ਬਹਾਨੇ ਸਿਰ ਮੈਂ ਕਿਹਾ ਤੁਸੀਂ ਦੱਸਿਆ ਨਹੀਂ ਹੈਗਾ ਵੀ ਚਲੋ ਉਹਨਾਂ ਕੋਲ ਤਾਂ ਕੱਲ੍ਹ ਫੋਨ ਆ ਗਿਆ ਸੀ ਰਾਤ ਵੀ ਇੱਦਾਂ ਇੱਦਾਂ ਹੋ ਗਿਆ ਉੱਥੇ ਉਹ ਕਹਿੰਦੇ ਵੈਸੇ ਤਾਂ ਤੁਸੀਂ ਆਉਂਦੇ ਨਹੀਂ ਹੈਗੇ ਚਲੋ ਬਹਾਨੇ ਸਿਰ ਗੇੜਾ ਵੀ ਮਾਰ ਲਿਆ ਇਹ ਵੀ ਗੱਲ ਠੀਕ ਹੈ ਜੀ ਜੇ ਹੁਣ ਨਾ ਜਾ ਹੁੰਦਾ ਸ਼ਾਇਦ ਮੈਂ ਕਹਿੰਦਾ ਮੈਂ ਮੰਗਣੇ ਦਾ ਹੀ ਗਿਆ ਹੋਇਆ ਉਹ ਤੋਂ ਬਾਅਦ ਗਿਆ ਹੀ ਨਹੀਂ ਉੱਥੇ ਹੁਣ ਜਾ ਕੇ ਕਿਤੇ ਗੇੜਾ ਲੱਗਿਆ ਉੱਥੇ ਜਾ ਕੇ ਆਏ ਹਾਂ ਅਤੇ ਗੱਲਬਾਤ ਕਰਕੇ ਆਏ ਹਾਂ ਦੇਖੋ ਵੈਸੇ ਤਾਂ ਜਦ ਮਰਜ਼ੀ ਉਹ ਕਰ ਲਓ ਕੰਮ ਜਦ ਹੁੰਦਾ ਜਦੇ ਨਿਕਲ ਹੁੰਦਾ ਨਹੀਂ ਤਾਂ ਇਹਦਾ ਚਾਹੇ ਘਰ ਵਿਹਲੇ ਹੋਏ ਫਿਰ ਵੀ ਜਾਣ ਨੂੰ ਨਹੀਂ ਹੁੰਦਾ ਜਾਏ ਨਹੀਂ ਹੁੰਦਾ ਹੈਗਾ ਬਸ ਇੱਥੇ ਹੀ ਪੈ ਪੂ ਕੇ ਸਾਰ ਦਿੰਦੇ ਹਾਂ ਹੁਣ ਐਂ ਤਾਂ ਵੀ ਚੱਲ ਕੰਮ ਕਰਨਾ ਪੈਣਾ ਜ਼ਰੂਰੀ ਗੱਲਬਾਤ ਕਰਨੀ ਆ ਚਲੇ ਗਏ ਚਲੋ ਉਹਨਾਂ ਨੇ ਦੱਸਿਆ ਹੀ ਨਹੀਂ ਚਲੋ ਕੋਈ ਗੱਲ ਨਹੀਂ ਮਿਲਿਆ ਇਹ ਮਿਲ ਗਿਆ ਟਾਈਮ ਨਿਕਲ ਗਿਆ ਫਿਰ ਹੁਣ ਮੇਰਾ ਟਾਈਮ ਨਿਕਲਣਾ ਵੀ ਨਹੀਂ ਸੀ ਕੱਲ੍ਹ ਤੋਂ ਤਾਂ ਬਸ ਕੰਬਾਈਨ ਦੀ ਰਿਪੇਅਰ ਸ਼ੁਰੂ ਕਰ ਦੇਣੀ ਅਸੀਂ ਕੱਲ੍ਹ ਨੂੰ ਕੰਬਾਈਨ ਪੱਟਣੀ ਆ ਇਹਦੇ ਵਿੱਚ ਉਲਝ ਜਾਣਾ ਸੀ ਮੈਂ ਵੀ ਤਾਂ ਹੀ ਜਾ ਕੇ ਆਇਆ ਅੱਜ ਵੈਸੇ ਤਾਂ ਅੱਜ ਕਰਨੀ ਸੀ ਅੱਜ ਨਿੰਦਰ ਨੂੰ ਜਵਾਬ ਦੇ ਮੈਂ ਕੱਲ੍ਹ ਨੂੰ ਆ ਜੀ ਹੁਣ ਕੱਲ੍ਹ ਨੂੰ ਖੋਲ੍ਹਦੇ ਹਾਂ ਚਲੋ ਕੱਲ੍ਹ ਨੂੰ ਦਿਖਾਉਂਗੇ ਫਿਰ ਤੁਹਾਨੂੰ
पट्टी कर लो कंबाइन ते उदा समान सुन बाद लेके आवांगे। फिर निंदर ने एमपी जाना है 12 तरीक नूं कहिंदा उदों पहला पहला रिपेयर करके कर दिए रेडी करके खड़ा दिए। चलो ठीक है जी, टायर भी पवाने हैं ट्रैक्टर दे लेके जड़े काफ़ी काम है करूँ। चलो करते हैं ठीक है जी। मेरी वीडियो इत्थे तक सी, मेरी वीडियो लाइक शेयर ते कमेंट करो ते जिन्हें सबसक्राइब नहीं करो सबसक्राइब कर दो। धन्यवाद। Back out of the way. Go, 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 go.